ਮੇਰੀ ਰਿਕੁਐਸਟ ਹੈ, ਦੇਖੋ ਅੱਜ ਮੈਂ ਆਪਣੇ ਸਾਥੀਆਂ ਨਾਲ ਬਲਬੀਰ ਸਿੰਘ ਸਿੱਧੂ, ਸਾਡੇ ਫਾਰਮਰ ਮਨਿਸਟਰ ਮਦਨ ਲਾਲ ਜਲਾਲਪੁਰ ਸਾਹਿਬ, ਸਾਡੇ ਐਕਸ ਐਮ ਐਲ ਏ ਸਤਰਪੁਰ ਰਜਿੰਦਰ ਸਿੰਘ ਬਾਜਵਾ ਜੀ, ਜਿਹੜੇ ਪੁਰਾਣੇ ਪੰਚਾਇਤਾਂ ਦੇ ਮਨਿਸਟਰ ਰਹੇ ਨੇ, ਅਤੇ ਢਿੱਲੋਂ ਸਾਹਿਬ ਇਹ ਮੇਰੇ ਨਾਲ ਨੇ, ਐਡਵੋਕੇਟ ਸਾਹਿਬ ਅਤੇ ਮਿਸਟਰ ਦਿਓਲ ਐਡਵੋਕੇਟ ਵੀ ਨੇ। ਇੱਕ ਤਾਂ ਚਿੱਠੀ ਅਸੀਂ ਜਿਹੜੀਆਂ ਐਪਰੀਹੈਂਸ਼ਨ ਸਾਡੀ ਪਾਰਟੀ ਵੱਲੋਂ ਨੇ, ਉਹ ਮੈਂ ਚਿੱਠੀ ਇਲੈਕਸ਼ਨ ਕਮਿਸ਼ਨ ਨੂੰ ਦਿੱਤੀ ਹੈ, ਸਾਈਨ ਚਿੱਠੀ ਉੱਤੇ ਹੈ, ਇਹ ਅਨਸਾਈਨਡ ਦੀ ਤੁਹਾਨੂੰ ਮੈਂ ਫੋਟੋ ਦੇ ਰਿਹਾ, ਉਹਨਾਂ ਨੂੰ ਆਲਰੇਡੀ ਸਾਈਨਡ ਭੇਜ ਚੁੱਕੇ। ਦੂਸਰੀ ਗੱਲ ਇਹ ਹੈ ਕਿ ਜਿਸ ਕਿਸਮ ਨਾਲ ਇਹ ਜਿਹੜੀਆਂ ਪੰਚਾਇਤ ਦੀਆਂ ਇਲੈਕਸ਼ਨ ਕੀਤੀਆਂ ਜਾ ਰਹੀਆਂ ਨੇ, ਅਸੀਂ ਜਿਹੜੀਆਂ ਉਹਦੇ ਚ ਕਮੀਆਂ ਪੇਸ਼ੀਆਂ ਦੱਸੀਆਂ ਨੇ। ਇੱਕ ਵੱਡੀ ਕਮੀ ਪੇਸ਼ੀ ਇਹ ਹੈ ਕਿ ਜਿਹੜੇ ਇਲੈਕਟਰਲ ਰੋਲਸ ਨੇ ਜਿਨ੍ਹਾਂ ਦੇ ਉੱਤੇ ਇਹ ਪੰਚਾਇਤ ਦੀਆਂ ਇਲੈਕਸ਼ਨਾਂ ਹੋਣ ਵਾਲੀਆਂ ਨੇ, ਇਲੈਕਸ਼ਨ ਕਮਿਸ਼ਨ ਨੇ ਉਹਨਾਂ ਨੇ ਇੱਕ ਇੱਕ ਤਈ ਤੋਂ ਉਹ ਲਿਸਟਾਂ ਪਿੱਕ ਕੀਤੀਆਂ ਸੀ। ਉਹਨਾਂ ਨੂੰ ਬੇਨਤੀ ਕੀਤੀ ਹੈ ਕਿ ਜਿਹੜੀ ਪਾਰਲੀਮੈਂਟ ਦੀ ਇਲੈਕਸ਼ਨ ਹੋਈ ਸੀ ਉਹ ਇੱਕ ਇੱਕ 24 ਦੀ ਵੋਟਰ ਲਿਸਟਾਂ ਤੋਂ ਹੋਈ ਸੀ, ਤੁਸੀਂ ਇੱਕ ਇੱਕ ਤਈ ਤੋਂ ਕੀਤਾ। ਬਹੁਤ ਸਾਰੇ ਬੰਦੇ ਜਿਹੜੇ ਇਹਦੇ ਵਿੱਚ ਸਰਪੰਚ ਵੀ ਖਲੋਣਾ ਚਾਹੁੰਦੇ, ਹੋ ਸਕਦਾ ਜਿਹੜਾ ਉਦੋਂ 18 ਸਾਲ ਦਾ ਨਹੀਂ, ਸਾਲ ਬਾਅਦ 18 ਦਾ ਹੋ ਗਿਆ। ਤਾਂ ਬਹੁਤ ਸਾਰੀਆਂ ਇਹੋ ਜਿਹੀਆਂ ਚੀਜ਼ਾਂ ਹੈ ਨੇ, ਉਹਨਾਂ ਨੇ ਇਹ ਪ੍ਰੋਮਿਸ ਕੀਤਾ ਕਿ ਸਾਰੇ ਨੂੰ ਅਸੀਂ ਇੱਕ ਵਾਰ ਰੀਲੁੱਕ ਕਰ ਲਵਾਂਗੇ, ਅਤੇ ਜਿਹੜੀ ਲੇਟੈਸਟ ਲਿਸਟ ਵੀ ਹੋਏਗੀ ਉਹ ਵੀ ਬੰਦੇ ਅਸੀਂ ਪੰਚਾਇਤ ਦੀਆਂ ਵੋਟਾਂ ਦੇ ਵਿੱਚ ਮਨਜ਼ੂਰ ਕਰ ਲਾਂ। ਮੈਂ ਸਮੁੱਚੇ ਪੰਜਾਬ ਦੇ ਪਿੰਡ ਵਾਲੇ ਜਿੰਨੇ ਵੀ ਇੱਥੇ ਸਾਡੀ ਪੰਚਾਇਤਾਂ ਲੜਨ ਵਾਲੇ ਲੋਕ ਨੇ, ਉਹਨਾਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਅੱਜ ਹੀ ਇਲੈਕਸ਼ਨ ਕਮਿਸ਼ਨਰ ਸਾਹਿਬ ਨੇ ਹੁਕਮ ਕੀਤਾ, ਜਿਹੜੀ ਡਿਪਟੀ ਕਮਿਸ਼ਨਰ ਦੀ ਵੋਟਰ ਲਿਸਟ ਹੈ, ਵੈਬਸਾਈਟ ਹੈ, ਡਿਪਟੀ ਕਮਿਸ਼ਨਰ ਤੁਹਾਡੇ ਜ਼ਿਲ੍ਹੇ ਦਾ ਜਿਹੜਾ ਵੀ ਡਿਪਟੀ ਕਮਿਸ਼ਨਰ ਹੋਏਗਾ ਉਹਦੀ ਵੈਬਸਾਈਟ ਤੋਂ ਤੁਸੀਂ ਡਾਊਨਲੋਡ ਕਰ ਸਕਦੇ। ਉਹਦੇ ਵਿੱਚ ਬਕਾਇਦਾ ਤੌਰ ਵੋਟਰ ਲਿਸਟਾਂ ਵੀ ਹੈ ਨੇ, ਇਹਨਾਂ ਨੂੰ ਕਹਿ ਦਿੱਤਾ ਗਿਆ ਕਿ ਵੈਬਸਾਈਟ 'ਤੇ ਪਾਓ, ਉਹ ਹੁਣ ਤੱਕ ਹੋ ਜਾਏਗਾ, ਵਿਦ ਇਨ ਆਵਰਸ ਉਹ ਚੀਜ਼ ਉਹ ਵੀ ਹੋ ਜਾਏਗੀ, ਉਹਨਾਂ ਨੇ ਯਕੀਨ ਦਵਾਇਆ। ਇਹਦੇ ਨਾਲ ਨਾਲ ਜਿੰਨੇ ਵੀ ਪਿੰਡਾਂ ਦੇ ਵਿੱਚ ਵਾਰਡ ਬਣੇ ਨੇ ਅਤੇ ਲੋਕਾਂ ਕੋਲ ਵਾਰਡਾਂ ਦੀ ਅਜੇ ਤੱਕ ਇਨਫੋਰਮੇਸ਼ਨ ਹੈ ਨਹੀਂ ਸੀ, ਇਤਲਾਹ ਹੈ ਨਹੀਂ ਸੀ, ਜਾਂ ਜਿਹੜੀ ਰੈਜ਼ਰਵੇਸ਼ਨ ਹੋਈ ਹੈ ਕਿਹੜੇ ਵਾਰਡ 'ਚ ਜਾਂ ਕਿਹੜੇ ਪਿੰਡ ਦੀ ਕੀ ਰੈਜ਼ਰਵੇਸ਼ਨ ਹੈ, ਕੀ ਦਲਿਤ ਰੈਜ਼ਰਵੇਸ਼ਨ ਹੈ ਜਾਂ ਔਰਤਾਂ ਦੀ ਰੈਜ਼ਰਵੇਸ਼ਨ ਹੈ ਜਾਂ ਜਨਰਲ ਕੈਟੇਗਰੀ, ਉਹ ਸਾਰੀਆਂ ਚੀਜ਼ਾਂ ਅੱਜ ਵੈਬਸਾਈਟ 'ਤੇ ਆਪਣੇ ਆਪਣੇ DC ਜਿਹੜੇ ਮੇਰੇ ਵੀਰ ਨਹੀਂ ਇਹ ਪਤਾ ਕਰ ਸਕਦੇ, ਉਹ ਕੋਈ ਵਕੀਲ ਕਰਕੇ ਵੈਬਸਾਈਟ ਨੂੰ ਡਾਊਨਲੋਡ ਕਰ ਲਓ, ਟੈਲੀਫੋਨ 'ਤੇ ਵੀ ਹੋ ਜਾਂਦਾ। ਇੱਕ ਤਾਂ ਇੱਕ ਵੱਡਾ ਖਦਸ਼ਾ ਜਿਹੜਾ ਅਸੀਂ ਇਲੈਕਸ਼ਨ ਕਮਿਸ਼ਨਰ ਸਾਹਿਬ ਦੇ ਸਾਹਮਣੇ ਲੈ ਕੇ ਆਉਂਦਾ ਕਿ ਕੱਲ੍ਹ ਤੋਂ ਨੋਮੀਨੇਸ਼ਨਸ ਔਨ ਹੋ ਗਈਆਂ ਨੇ। ਨੋਮੀਨੇਸ਼ਨ ਔਨ ਹੋਣ ਤੋਂ ਬਾਅਦ ਹੋਇਆ ਕੀ ਹੈ, ਸਾਰੇ ਸੈਕਟਰੀ ਜਿਹੜੇ ਨੇ ਪੰਚਾਇਤਾਂ ਦੇ, ਇਹਨਾਂ ਨੇ ਆਪਣੇ ਟੈਲੀਫੋਨ ਬੰਦ ਕਰ ਲਏ ਨੇ, ਸਾਰੇ BDPOs ਨੇ ਆਪਣੇ ਟੈਲੀਫੋਨ ਬੰਦ ਕਰ ਲਏ ਨੇ, ਇੱਕ ਇੱਕ BDO ਕੋਲ ਦੋ ਦੋ ਤਿੰਨ ਤਿੰਨ ਬਲਾਕ ਨੇ। ਜਿਸ ਤਰ੍ਹਾਂ ਮੇਰੇ ਹਲਕੇ 'ਚ ਇੱਕ ਕੋਲ ਕਾਦੀਆਂ ਵੀ ਹੈ, ਧਾਰੀਵਾਲ ਵੀ ਹੈ। ਜੇ ਕੱਲ੍ਹ ਪੁੱਛਿਆ ਲੋਕਾਂ ਨੇ ਕਿ ਅਸੀਂ ਤੁਹਾਡੇ ਕੋਲ NOCs ਲੈਣੀਆਂ ਨੇ, ਚੁੱਲ੍ਹਾ ਟੈਕਸ ਦੇ ਕਲੀਅਰੈਂਸਿਸ ਲੈਣੀਆਂ ਨੇ, ਕਿੱਥੇ ਉਹ ਕਹਿੰਦੇ ਜੀ ਮੈਂ ਕਾਦੀਆਂ ਬੈਠਾ, ਕਾਦੀਆਂ ਜਦੋਂ ਜਾਂਦੇ ਉਹ ਕਹਿੰਦੇ ਧਾਰੀਵਾਲ ਬੈਠੇ। ਸੋ ਇਹ ਇੱਕ ਦੂਸਰੀ ਗੱਲ ਅਸੀਂ ਇਹਨਾਂ ਦੇ ਨੋਟਿਸ ਲੈਂਦੀ। ਸੈਕਟਰੀ ਜਿਹੜਾ ਪੰਚਾਇਤ ਦਾ, ਬੇਸਿਕਲੀ ਹਰ ਪਿੰਡ 'ਚ ਇੱਕ ਹੋਣਾ ਚਾਹੀਦਾ ਜਾਂ ਵੱਧ ਤੋਂ ਵੱਧ 2 ਜਾਂ 3 ਪਿੰਡ ਉਹਦੇ ਕੋਲ ਹੋਣੇ ਚਾਹੀਦੇ। ਕਈ ਸੈਕਟਰੀ ਜਿਹੜਾ ਜਿਹਨਾਂ ਕੋਲ 80-80 ਪਿੰਡ ਦੇ ਦਿੱਤੇ, ਜਿੰਨੀ BDO ਕੋਲ ਪਾਵਰ ਉਹਨੀ ਇੱਕ ਪੰਚਾਇਤ ਸੈਕਟਰੀ ਕੋਲ। ਉਹਦਾ ਮਤਲਬ ਹੈ ਜਿਹੜੇ ਪਲਾਏਬਲ ਨੇ, ਜਿਹੜੇ ਸੈਕਟਰੀ ਇਹ ਸਮਝ ਲੈਂਦੇ, ਜਿਹਨਾਂ 'ਤੇ ਇਹਨਾਂ ਨੂੰ ਯਕੀਨ ਹੈ ਆਪ ਵਾਲਿਆਂ ਨੂੰ, ਉਹਨਾਂ ਨੂੰ ਇਹ ਗੱਲ ਕਹਿਤੀ ਤੁਸੀਂ ਚੁੱਪ ਹੋ ਕੇ ਟੈਲੀਫੋਨ ਬੰਦ ਕਰੋ ਅਤੇ ਲੱਭਣਾ ਨਹੀਂ ਕਿਸੇ ਨੂੰ। ਹੁਣ ਸਾਰੇ ਇੱਥੇ ਸੈਕਟਰੀਆਂ ਦੇ, ਪੰਜਾਬ 'ਚ ਮੈਂ ਗੱਲ ਕਰ ਰਿਹਾ, ਇਕੱਲੇ ਆਪਣੇ ਹਲਕੇ ਦੀ,
ਪੰਜਾਬ ਦੇ ਵਿੱਚ ਸਾਰੇ ਸੈਕਟਰੀਆਂ ਨੇ ਟੈਲੀਫੋਨ ਬੰਦ ਕੀਤੇ, BDPOs ਦੇ ਟੈਲੀਫੋਨ ਬੰਦ ਕੀਤੇ ਨੇ। ਫਿਰ ਅਸੀਂ ਇਹ ਗੱਲ ਕਹੀ ਕਿ ਵੇਖੋ ਜੀ ਇਹਦੇ ਵਿੱਚ ਸਨਿਚਰ ਐਤ ਦੀ ਵੀ ਛੁੱਟੀ ਆ ਜਾਣੀ, ਤੇ ਤੁਸੀਂ ਇਹ ਦੱਸੋ ਜੇ ਕਿਸੇ ਨੇ ਆਪਣਾ ਐਫੀਡੇਵਿਟ ਜਾਂ ਕਿਸੇ ਨੇ ਕਿਹਾ ਜਾਂਦਾ। ਇੱਕ ਮੈਂ ਦੱਸਣਾ ਚਾਹੁੰਦਾ, ਅੱਜ ਇਲੈਕਸ਼ਨ ਕਮਿਸ਼ਨਰ ਸਾਹਿਬ ਨੇ ਯਕੀਨ ਦਵਾਇਆ ਕਿ ਜਿਹੜਾ ਆਲਰੇਡੀ ਸ਼ਡਿਊਲ ਕਾਸਟ ਹੈ ਸਾਡਾ ਭਰਾ ਤੇ ਉਹਦੇ ਕੋਲ ਆਲਰੇਡੀ ਪੁਰਾਣਾ ਸਰਟੀਫਿਕੇਟ, ਉਹੀ ਹੁਣ ਮੰਨਿਆ ਜਾਏਗਾ। ਹਰ ਇਲੈਕਸ਼ਨ ਚ ਨਵਾਂ ਸਰਟੀਫਿਕੇਟ ਲਿਆਉਣ ਦੀ BC ਦੀ SC ਦੀ ਕੋਈ ਲੋੜ ਨਹੀਂ ਪਏਗੀ। ਇੱਕ ਇਹ ਹੈ, ਇਹਦੇ ਨਾਲ ਨਾਲ ਤਹਿਸੀਲਦਾਰ ਨਹੀਂ ਬੈਠੇ, ਨੈਬ ਤਹਿਸੀਲਦਾਰ ਬੈਠੇ। ਤੇ ਦੱਸੋ ਜਿਹੜਾ ਤੁਸੀਂ ਇਸ ਟਾਈਮ ਇੱਕ ਜਾਰੀ ਕੀਤਾ ਸੀ ਇਹਨਾਂ ਨੋਟੀਫਿਕੇਸ਼ਨ ਕਿ ਜੇ ਤੁਹਾਨੂੰ ਚੁੱਲ੍ਹਾ ਟੈਕਸ ਦੀ ਕੋਈ ਕਲੀਅਰੈਂਸ ਨਹੀਂ ਦਿੰਦਾ ਤੇ ਤੁਸੀਂ ਆਪਣੇ ਇੱਕ ਐਫੀਡੇਵਿਟ ਲਾ ਦਿਓ ਨਾਲ। ਜਿਸ ਐਫੀਡੇਵਿਟ ਦੇ ਵਿੱਚ ਅਸੀਂ ਮੈਂਸ਼ਨ ਕਰ ਰਿਹਾ, ਮੈਂ ਅੱਜ ਹੀ ਇੱਕ ਘੰਟੇ ਦੇ ਵਿੱਚ ਵਿੱਚ ਆਪਣੇ ਫੇਸਬੁੱਕ ਤੇ ਸਾਰੇ ਪਾਰਟੀ ਦੇ ਫੇਸਬੁੱਕ ਤੇ ਹੋਏਗਾ, ਉਹ ਸਾਰੇ ਬੰਦੇ ਵੇਖ ਸਕਦੇ ਨੇ। ਉਹਦੇ 'ਚ ਇਹ ਹੈ, ਬੰਦਾ ਲਿਖ ਕੇ ਦੇਵੇਗਾ, ਨੋਟਰੀ ਪਬਲਿਕ ਉਹ ਟੈਸਟ ਕਰਾਏਗਾ, ਉਹਦੇ ਲਿਖਿਆ ਜਾਏਗਾ ਕਿ ਮੈਂ ਪੰਜਾਬ ਸਰਕਾਰ ਦੀ ਜਾਂ ਕੋਈ ਪੰਚਾਇਤ ਦੀ ਪੈਲੀ ਤੇ ਕਿਤੇ ਵੀ ਕਬਜ਼ਾ ਨਹੀਂ ਕੀਤਾ, ਮੈਂ ਕਿਸੇ ਵੀ ਪੰਚਾਇਤੀ ਰਾਜ ਜਾਂ ਲੋਕਲ ਬਾਡੀਜ਼ ਦਾ ਕੋਈ ਬਕਾਇਆ ਨਹੀਂ ਦੇਣਾ, ਮੇਰੀ ਕੋਈ ਦੇਣਦਾਰੀ ਨਹੀਂ ਹੋਏਗੀ। ਉਹ ਜੇ 24 ਘੰਟਿਆਂ ਚਾਰੋ ਜਿਹੜਾ ਉਹਦਾ ਜਵਾਬ ਨਹੀਂ ਦਿੰਦਾ, ਉਹਦਾ ਮਤਲਬ ਤੁਹਾਡੇ ਕਾਗਜ਼ ਮਨਜ਼ੂਰ। ਸਾਨੂੰ ਤਹਿਸੀਲਦਾਰਾਂ ਦੇ ਦੂਸਰ, ਕਿਉਂਕਿ ਹੁਣ ਕੀਤਾ ਕਿ ਤਹਿਸੀਲਦਾਰ ਤਹਿਸੀਲਾਂ 'ਚ ਨਹੀਂ ਬਹਿ ਰਹੇ ਅਤੇ ਉਹ ਬੰਦੇ ਆਪਣੀ ਨੋਟੀਫਾਈ ਕਿੱਥੋਂ ਕਰਾਂਗੇ, ਮੋਹਰਾਂ ਕਿੱਥੋਂ ਲਵਾਉਣ? ਸੋ ਉਹਦੇ ਵਾਸਤੇ ਅਸੀਂ ਮਸ਼ਕੂਰ ਹਾਂ, ਇਲੈਕਸ਼ਨ ਕਮਿਸ਼ਨ ਸਾਹਿਬ ਨੇ ਸਾਡੀ ਇਹ ਗੱਲ ਤਸਲੀਮ ਕੀਤੀ ਹੈ ਕਿ ਖੱਜਲ ਖਰਾਬੀ ਢਾਣ ਵਾਸਤੇ ਫਰੀ ਐਂਡ ਫੇਅਰ ਇਲੈਕਸ਼ਨ ਕਰਵਾਉਣ ਵਾਸਤੇ ਅਸੀਂ ਇਹ ਕਰਾਵਾਂਗੇ। ਮੈਂ ਇੱਕ ਹੋਰ ਗੁਜ਼ਾਰਿਸ਼ ਇਹਨਾਂ ਨੂੰ ਕੀਤੀ ਹੈ ਕਿ ਅਸੈਂਬਲੀ ਇਲੈਕਸ਼ਨਾਂ 'ਚ, ਪਾਰਲੀਮੈਂਟ ਦੀਆਂ ਇਲੈਕਸ਼ਨ ਜਦੋਂ ਗਿਣਤੀ ਹੁੰਦੀ ਉਦੋਂ ਕੈਮਰੇ ਲੱਗ ਜਾਂਦੇ। ਜੇ ਸਾਡੇ ਕਿਸੇ ਬੰਦੇ ਨੂੰ ਐਪਰੀਹੈਂਸ਼ਨ, ਮੈਂ ਸਮੁੱਚੇ ਪੰਜਾਬ ਦੀ ਗੱਲ ਕਰ ਰਿਹਾ, ਕਿਸੇ ਪਾਰਟੀ ਦੇ ਕਿਸੇ ਸਾਥੀ ਨੂੰ ਐਪਰੀਹੈਂਸ਼ਨ ਕਿ ਗਿਣਤੀ ਦੇ ਵਿੱਚ ਕੋਈ ਕੀ ਹੋਣ ਦਾ ਡਰ ਹੈ, ਕੋਈ ਗਲਤ ਉੱਥੇ ਅਨਾਊਂਸਮੈਂਟ ਕਰਾਉਣ ਦਾ ਡਰ ਹੈ, ਤੁਸੀਂ ਆਪਣਾ, ਅਸੀਂ ਇਹਨਾਂ ਨੂੰ ਬੇਨਤੀ ਕੀਤੀ, ਅਸੀਂ ਖਰਚਾ ਭਰਨ ਨੂੰ ਵੀ ਤਿਆਰ, ਅਸੀਂ ਆਪਣੇ ਕੈਮਰੇ ਲਵਾ ਦਿੰਦੇ ਹਾਂ, ਗਿਣਤੀ ਅੰਡਰ ਕੈਮਰਾਸ ਕੀਤੀ ਜਾ ਅਕੋਰਡਿੰਗ ਟੂ ਲੋਸ। ਇਸ ਗੱਲ 'ਤੇ ਇਹਨਾਂ ਕਿ ਅਸੀਂ ਵਿਚਾਰ ਕਰ ਲੈਂਦੇ ਹਾਂ, ਐਂਡ ਇਸ ਗੱਲ 'ਤੇ ਕਾਫੀ ਹੱਦ ਤੱਕ ਇਹ ਸਹਿਮਤ ਸਨ ਕਿ ਜਦੋਂ ਕਾਨੂੰਨ ਸਾਡੀ ਅਸੈਂਬਲੀ ਇਲੈਕਸ਼ਨਾਂ ਅਤੇ ਪਾਰਲੀਮੈਂਟ ਦੀਆਂ ਇਲੈਕਸ਼ਨਾਂ ਗਿਣਤੀ ਵੇਲੇ ਕੈਮਰੇ ਲੱਗ ਸਕਦੇ ਤਾਂ ਇੱਥੇ ਵੀ ਲੱਗਣੇ ਚਾਹੀਦੇ। ਸੋ ਇਹ ਸਾਰੀਆਂ ਗੱਲਾਂ ਅੱਜ ਅਸੀਂ ਇਹਨਾਂ ਦੇ ਨੋਟਿਸ ਲਿਆਏ ਹਾਂ ਕਿ ਅਜੇ ਪਿਛਲੇ 2 ਦਿਨ ਤਾਂ ਮੈਂ ਸਮੁੱਚੇ ਪੰਜਾਬ ਦੀ ਤੁਹਾਨੂੰ ਤਸਵੀਰ ਰੱਖ ਲਈ, ਕਿਸੇ ਨੂੰ ਕੋਈ ਲਿਸਟ ਨਹੀਂ ਦਿੱਤੀ ਜਾ ਰਹੀ। BDPOs ਦਫ਼ਤਰਾਂ 'ਚ ਨਹੀਂ ਨੇ, ਸੈਕਟਰੀਆਂ ਨੇ ਆਪਣੇ ਟੈਲੀਫੋਨ ਬੰਦ ਕਰ ਲਏ ਨੇ, SDM ਅੱਛਾ SDM ਅਤੇ DC ਲਾਸਟ ਮੂਮੈਂਟ ਪਲਾਈਬਲ ਅਫਸਰ ਲਾ ਲਏ, ਕਿਉਂਕਿ ਜੇ ਵੋਟ ਅੱਛਾ ਇੱਕ ਹੋਰ ਮੈਂ ਗੱਲ ਕਹਿਣੀ ਸੀ ਕਿ 1 ਤਰੀਕ ਤੱਕ ਜਿਹਦੀ ਵੋਟ ਹੈ ਨਹੀਂ ਉਹ ਵੋਟ ਵੀ ਬਣਵਾ ਸਕਦਾ SDM ਆਫਿਸ ਜਾ ਕੇ। 3 ਦਿਨ ਦਾ ਟਾਈਮ ਹੈ, ਤੁਹਾਡੀ ਨੋਮੀਨੇਸ਼ਨ ਦੀ ਅਖੀਰਲੀ ਤਰੀਕ 4 ਤਰੀਕ, ਉਸ ਤੋਂ 3 ਦਿਨ ਪਹਿਲੇ ਤੱਕ ਤੁਸੀਂ ਆਪਣੀ ਵੋਟ SDM ਆਫਿਸ 'ਚ ਬਣਾ ਸਕਦੇ ਹੋ, ਜੇ ਨਾ ਬਣੇ ਤੁਸੀਂ ਸਿੱਧਾ ਇਲੈਕਸ਼ਨ ਕਮਿਸ਼ਨ ਨੂੰ ਵੀ ਲਿਖ ਸਕਦੇ ਹੋ। ਸੋ ਇਹਨਾਂ ਨੇ ਵੇਖੋ, ਫਲੋਰ ਆਫ ਦੀ ਹਾਊਸ 'ਤੇ ਭਗਵੰਤ ਮਾਨ ਨੇ, ਸਾਡੇ ਇੱਕ ਬਹੁਤ ਹੀ ਆਨਰੇਬਲ ਮੈਂਬਰ ਨੇ ਪੁੱਛਿਆ ਸੀ ਕਿ ਚੀਫ ਮਿਨਿਸਟਰ ਸਾਹਿਬ ਪੰਚਾਇਤ ਦੀਆਂ ਇਲੈਕਸ਼ਨਾਂ ਕਰਾਉਣ ਲੱਗੇ ਹੋ, ਕੀ ਅਸੀਂ ਆਸ ਉਮੀਦ ਰੱਖੀਏ ਕਿ ਫਿਰ ਹੋਣਗੀਆਂ, ਸਾਰਿਆਂ ਨੂੰ ਜਮਹੂਰੀ ਹੱਕ ਦਿੱਤਾ ਜਾਏਗਾ? ਉਹਨਾਂ ਇਹ ਗੱਲ ਅਸ਼ੋਰੈਂਸ ਦਿੱਤੀ ਸੀ ਕਿ ਬਿਲਕੁਲ ਫਰੀ ਐਂਡ ਫੇਅਰ ਹੋਣਗੀਆਂ। ਅਤੇ ਵੇਖੋ ਇਲੈਕਸ਼ਨਾਂ ਅਨਾਊਂਸ ਦੀ, ਇਹ ਇਲੈਕਸ਼ਨਾਂ ਅਨਾਊਂਸਮੈਂਟ ਤੋਂ ਪਹਿਲੇ ਇਹਨਾਂ ਨੇ ਵੱਡੇ ਪੈਮਾਨੇ 'ਤੇ SDM ਬਦਲ ਲਏ, DC ਬਦਲ ਲਏ, ਅਤੇ DC ਦੇ ਜ਼ਰੀਏ ਜਿਹੜੀ ਪੁਰਾਣੀ ਰੈਜ਼ਰਵੇਸ਼ਨ ਸੀ, ਜਿਹੜਾ ਰੋਸਟਰ ਬਣਿਆ ਸੀ ਪੁਰਾਣਾ,
ਹੁਣ ਬਹੁਤ ਸਾਰੇ ਇਹੋ ਜਿਹੇ ਪਿੰਡ ਨੇ ਜਿਹੜੇ ਤਿੰਨ ਤਿੰਨ ਚਾਰ ਚਾਰ ਵਾਰ ਕਿਸੇ ਕੈਟੇਗਰੀ ਚ ਰਿਜ਼ਰਵ ਨੇ, ਉਹ ਇਸ ਟਾਈਮ ਖੁੱਲਣੀ ਚਾਹੀਦੀ ਸੀ ਰਿਜ਼ਰਵੇਸ਼ਨ। ਉਹ ਡੀਸੀਆਂ ਕੋਲ ਲਾਸਟ ਮੂਮੈਂਟ ਗਲਤ ਕੰਮ ਕਰਵਾਇਆ ਗਿਆ। ਮੈਂ ਆਪਣੀ ਪਾਰਟੀ ਇੰਡੀਅਨ ਨੈਸ਼ਨਲ ਕਾਂਗਰਸ ਵੱਲੋਂ ਸਮੁੱਚੇ ਅਫਸਰ ਸਾਹਿਬਾਨ ਨੂੰ ਇਹ ਬੇਨਤੀ ਕਰੂੰਗਾ, ਡੀਸੀਆਂ ਤੋਂ ਲੈ ਕੇ ਥੱਲੇ ਤੱਕ, ਕਿਰਪਾ ਕਰਕੇ ਕੋਈ ਇਹੋ ਜਿਹਾ ਕੰਮ ਨਾ ਕਰੋ ਜਿਹਦੇ ਨਾਲ ਕੱਲ੍ਹ ਨੂੰ ਕਿਸੇ ਸਟੇਜ 'ਤੇ ਤੁਹਾਨੂੰ ਮੁਸ਼ਕਲ ਦਿਨ ਵੇਖਣੇ ਪੈਣ, ਕਿਉਂਕਿ ਇਹ ਸਰਕਾਰ ਬਹੁਤਾ ਚਿਰ ਚੱਲਣ ਵਾਲੀ ਨਹੀਂ। ਤੁਹਾਨੂੰ ਪਤਾ ਹੀ ਹੈ ਜਿਸ ਕਿਸਮ ਦੇ ਹਾਲਾਤ ਨੇ, ਪੰਜਾਬ ਪਰਮਾਤਮਾ ਦੇ ਸਹਾਰੇ ਛੱਡ ਦਿੱਤਾ, ਕੋਈ ਐਡਮਿਨਿਸਟ੍ਰੇਸ਼ਨ ਨਾਂ ਦੀ ਚੀਜ਼ ਨਹੀਂ। ਮੈਂ ਸਾਰੇ ਅਫਸਰ ਸਾਹਿਬਾਨ ਨੂੰ ਗੁਜ਼ਾਰਿਸ਼ ਕਰਾਂਗਾ ਤੁਸੀਂ ਉਹਨਾਂ ਪੋਸਟਾਂ 'ਤੇ ਹੀ ਰਹਿਣਾ, ਵੱਧ ਤੋਂ ਵੱਧ ਤੁਹਾਡੀ ਬਦਲੀ ਕੋਈ ਖੱਬੇ ਸੱਜੇ ਕਰਵਾ ਸਕਦਾ, ਤਨਖਾਹ ਵੀ ਤੁਹਾਨੂੰ ਮਿਲਣੀ ਹੈ। ਤੋ ਜਮਹੂਰੀਅਤ ਦਾ ਆਪਾਂ ਕਤਲ ਨਾ ਕਰੀਏ, ਜਮਹੂਰੀਅਤ ਦਾ ਆਪਾਂ ਕਾਨ ਨਾ ਕਰੀਏ, ਕਿਰਪਾ ਕਰਕੇ ਇਹਨੂੰ ਫਿਰ ਇਲੈਕਸ਼ਨ ਹੋ ਲੈਣ ਦਿਓ। ਸਾਰਿਆਂ ਨਾਲੋਂ ਵੱਡੀ ਇਲੈਕਸ਼ਨ ਪੰਜਾਬ ਦੇ 13,000 ਪਿੰਡਾਂ ਦੀ ਹੈ, 70% ਪੰਜਾਬ ਪਿੰਡਾਂ ਵਿੱਚ ਰਹਿੰਦਾ। ਤੋ ਮੈਂ ਸਾਰੇ ਅਫਸਰਸ ਨੂੰ ਸਪੈਸ਼ਲੀ ਜਿਹੜਾ BDPO ਅਤੇ ਲੋਅਰ ਸਟਾਫ ਹੈ ਉਹਨਾਂ ਨੂੰ ਗੁਜ਼ਾਰਿਸ਼ ਕਰਾਂਗਾ ਕੋਈ ਇਹੋ ਜਿਹਾ ਕੰਮ ਨਾ ਕਰਿਓ ਜਿਹਦੇ ਨਾਲ ਅੱਜ ਨਹੀਂ ਤਾਂ 6 ਮਹੀਨਿਆਂ ਨੂੰ ਅਤੇ ਸਾਲ ਨੂੰ ਨਹੀਂ ਤਾਂ 2 ਨੂੰ ਤੁਹਾਡੇ ਖਿਲਾਫ਼ ਕੋਈ ਨਾ ਕੋਈ ਕਾਨੂੰਨੀ ਕਾਰਵਾਈ ਦਾ ਤੁਸੀਂ ਆਪਣੇ ਆਪ ਹੀ ਕੋਈ ਬੈਕਗਰਾਊਂਡ ਛੱਡ ਜਾਓ ਬਣਦੀ। ਤੋ ਇੰਨਾ ਹੀ ਮੈਂ ਕਹਿੰਦਾ ਹੋਇਆ, ਅਸੀਂ ਆਸ ਉਮੀਦ ਕਰਦੇ ਹਾਂ ਇਲੈਕਸ਼ਨ ਕਮਿਸ਼ਨਰ ਸਾਹਿਬ ਫਰੀ ਐਂਡ ਫੇਅਰ ਪੋਲ ਕਰਵਾਉਣਗੇ। ਬਹੁਤ ਬਹੁਤ ਸ਼ੁਕਰੀਆ। ਪ੍ਰਾਈਵੇਟ ਹਸਪਤਾਲਾਂ ਨੇ ਆਯੁਸ਼ਮਾਨ ਸਰਵਿਸ ਜਿਹੜੀ ਬੰਦ ਕਰ ਦਿੱਤੀ, ਕਹਿੰਦੇ ਵੀ 500 ਕਰੋੜ ਰੁਪਏ ਦਾ ਬਕਾਇਆ ਪੰਜਾਬ ਸਰਕਾਰ ਦਾ। ਤੁਸੀਂ ਵੇਖੋ ਸਾਰਿਆਂ ਨੂੰ ਹੁਣ ਤੁਸੀਂ ਇਹ ਵੇਖੋ ਹਾਲ ਕਿ ਸੈਂਟਰ ਕੋਲ ਪੈਸੇ ਲੈ ਲਏ ਨੇ ਅਤੇ ਲੋਕਾਂ ਨੂੰ ਅੱਗੇ ਪੈਸੇ ਜਿਹੜੇ ਆਯੁਸ਼ਮਾਨ ਭਾਰਤ ਦੇ ਜਿਹੜੀਆਂ ਕੰਪਨੀਜ਼ ਜਿਨ੍ਹਾਂ ਨੇ ਇੰਸ਼ੋਰੈਂਸ ਕੀਤੀ ਹੈ ਉਹਨਾਂ ਕੰਪਨੀਜ਼ ਨੂੰ ਅੱਗੇ ਪੈਸੇ ਨਹੀਂ ਦਿੱਤੇ ਜਾ ਰਹੇ। ਉਹਦਾ ਮਤਲਬ ਉਹ ਪੈਸਾ ਕਿਤੇ ਹੋਰ ਇਸਤੇਮਾਲ ਕੀਤਾ ਜਾ ਰਿਹਾ। ਇਸ ਤੋਂ ਵੱਡੀ ਡਰੈਸਿੰਗ ਡਾਊਨ ਕੀ ਦੇ ਸਕਦੀ ਗੱਲ? ਹਰ ਤੁਸੀਂ ਅੱਜ ਆਨਰੇਬਲ ਹਾਈਕੋਰਟ ਚਲੇ ਜਾਓ, ਸੁਪਰੀਮ ਕੋਰਟ ਚਲੇ ਜਾਓ, ਪਰਸੋਂ ਚੌਥੀ ਸੁਪਰੀਮ ਕੋਰਟ ਨੇ ਫਿਰ ਇਹਨਾਂ ਨੂੰ ਟਿਕਾ ਕੇ ਇਹਨਾਂ ਦਾ ਕਈ ਮਸਲਿਆਂ ਦੇ ਉੱਤੇ ਇਹਨਾਂ ਨੂੰ ਬਕਾਇਦਾ ਤੌਰ ਉੱਥੋਂ ਰੋਜ਼ ਕੋਈ ਨਾ ਕੋਈ ਝਿੜਕ ਪੈਂਦੀ ਹੈ ਐਂਡ ਪੰਜਾਬ ਗਵਰਨਮੈਂਟ ਇਜ਼ ਸ਼ੋਨ ਇਨ ਬੈਡ ਲਾਈਟ। ਸੋ ਇਹ ਹੈ ਕਿ ਇਹ ਸੁਧਾਰਨ ਕਰਨ ਦੀ ਲੋੜ ਹੈ ਅਤੇ ਮੈਂ ਚਾਹਾਂਗਾ ਕਿ ਗਰੀਬ ਲੋਕਾਂ ਦੇ ਜਿਹੜੇ ਕਾਰਡਸ ਨੇ ਇਹ ਇਮੀਡੀਏਟਲੀ ਰਿਨਿਊ ਕਰਕੇ ਅਤੇ ਪ੍ਰਾਈਵੇਟ ਹੋਸਪਿਟਲ ਚਲਾਏ ਜਾਣ। ਸੁਨੀਲ ਜਾਖੜ ਦਾ ਅਸਤੀਫਾ ਦੇਣਾ, ਇਹ ਵੇਖੋ ਮੇਰੀ ਇੱਕ ਗੱਲ ਚੰਗੀ ਤਰ੍ਹਾਂ ਸੁਣ ਲਓ। ਪਹਿਲੀ ਗੱਲ ਤਾਂ ਉਹ ਅਸਤੀਫੇ ਦਾ ਪੱਕਾ ਪਤਾ ਨਹੀਂ ਸਾਨੂੰ, ਅਸਤੀਫੇ ਵਰਗਾ ਕੰਮ ਹੀ ਹੈ ਕਿਉਂਕਿ ਜਿਸ ਆਸ ਉਮੀਦ ਨਾਲ ਭੱਜ ਭੱਜ ਗਏ ਸੀ ਉਹ ਆਸ ਉਮੀਦ ਪੂਰੀ ਨਹੀਂ ਹੋਈ। ਇਹਨਾਂ ਦੀ ਜਗ੍ਹਾ ਜਿਹੜੀ ਹੈ ਉਹ ਰਵਨੀਤ ਬਿੱਟੂ ਲੈ ਗਿਆ ਜੀ। ਇਹ ਲੱਭ ਰਹੇ ਸੀ ਕਿ ਮੈਨੂੰ ਇਹ ਰਾਜ ਸਭਾ ਦੇਣਗੇ ਅਤੇ ਉਸ ਤੋਂ ਬਾਅਦ ਮੰਤਰੀ ਬਣਾਉਣਗੇ। ਪਹਿਲੇ ਵਾਅਦਾ ਜੋ ਮੈਨੂੰ ਪਤਾ ਲੱਗਾ ਸੀ ਲਾਰਾ ਲੱਪਾ ਇਹਨਾਂ ਨੂੰ ਇਹੀ ਲਾਇਆ। ਫਿਰ ਭਾਜਪਾ ਨੂੰ ਉਹਨਾਂ ਨੇ ਅਸੈਸਮੈਂਟ ਲਾ ਲਈ ਕਿ ਸਾਨੂੰ ਕਿਸੇ ਦਸਤਾਰ ਵਾਲੇ ਮਖੌਟੇ ਦੀ ਲੋੜ, ਇਹਦੀ ਲੋੜ ਇਹਦੇ ਸਿਰ 'ਤੇ ਦਸਤਾਰ ਨਹੀਂ ਸੀ ਵੱਜੀ। ਤੋ ਇਸ ਗੱਲ ਕਾਰਨ ਉਹਨਾਂ ਨੇ ਰਵਨੀਤ ਬਿੱਟੂ ਖੜ੍ਹਾ ਕਰ ਲਿਆ। ਤੋ ਹੁਣ ਤਾਂ ਬਿਲਕੁਲ ਹੀ ਇਹ ਸਿਆਸੀ ਤੌਰ 'ਤੇ ਪੈਦਲ ਹੋ ਗਏ ਨੇ। ਕਾਂਗਰਸ 'ਤੇ ਤੁਹਾਨੂੰ ਪਹਿਲੀ ਦੱਸਿਆ, ਕਾਂਗਰਸ 'ਚ ਜੋ ਇਹਨਾਂ ਨੇ ਪਾਰਟੀ ਹਾਈਕਮਾਂਡ ਦੇ ਖਿਲਾਫ ਟਿੱਪਣੀਆਂ ਕੀਤੀਆਂ ਨੇ ਅਤੇ ਜੋ ਸਾਡੀ ਪਾਰਟੀ ਦੀ ਪੇਠੇ ਛੁਰਾ ਇਹਨਾਂ ਨੇ ਅਖੀਰਲੇ ਮਹੀਨਿਆਂ ਵਿੱਚ ਮਾਰਿਆ, ਜੇ ਸਾਰੇ 17 ਤੋਂ 18 ਤੇ ਆਏ, ਉਹਦੇ ਵਿੱਚ ਹੁਣ ਕਾਂਗਰਸ ਵਿੱਚ ਜਗ੍ਹਾ ਕੋਈ ਨਹੀਂ। ਕਿਤੇ ਹੋਰ ਕਿਤੇ ਜਾਣ ਦਾ ਪ੍ਰੋਗਰਾਮ ਹੋਏ ਤਾਂ ਮੈਂ ਕਹਿ ਕੁਝ ਨਹੀਂ ਸਕਦਾ। ਦੇਖੋ ਸਿੰਗਲਸ ਦੀ ਸਿਕਿਉਰਿਟੀ ਉਹਦੇ ਕੋਲ ਪੈਸੇ ਲੈਣੇ ਜਾਂ ਨਾ ਲੈਣੇ ਉਹ ਤਾਂ ਗਵਰਨਮੈਂਟ ਦਾ ਕੰਮ ਹੈ, ਮਿਨਿਸਟਰੀ ਆਫ ਹੋਮ ਅਫੇਅਰਸ ਵੇਖੇ ਇਹਦੇ 'ਚ। ਬਟ ਮੈਂ ਸਮਝਦਾ ਜੇ ਸਟੇਜ ਆਰਟਿਸਟ 'ਤੇ ਇਹ ਕਾਨੂੰਨ ਬਣ ਹੀ ਰਿਹਾ
ਇਹ ਆਲਰੇਡੀ ਇਹਨਾਂ ਨੇ ਕੋਈ ਕਾਨੂੰਨ ਬਣਾਇਆ ਜਾਂ ਰੂਲਸ ਐਂਡ ਰੈਗੂਲੇਸ਼ਨ ਦੇ ਅਤੇ 1100 ਬੰਦਾ ਤਾਂ ਇਹ ਵੀ ਸਟੇਜ ਆਰਟਿਸਟ ਹੀ ਹੈ ਭਗਵੰਤ ਮਾਨ, 1100 ਇਹਦੇ ਕੋਲ, ਇਹਨੂੰ ਵੀ ਕੋਈ ਨਾ ਕੋਈ ਜੇ ਇਹ ਪੈਸੇ ਜਿਹੜੇ ਨੇ ਉਹਦੇ ਕੋਲ ਗਿੱਪੀ ਗਰੇਵਾਲ ਕੋਲ ਲੈ ਜਾ ਸਕਦੇ ਨੇ ਜਾਂ ਉਹ ਦੂਸਰੇ ਮਾਨ ਕੋਲ ਲੈ ਜਾ ਸਕਦੇ ਸਾਡੇ ਸਿੰਗਰ ਕੋਲ ਬੱਬੂ ਮਾਨ ਕੋਲ ਜਾਂ ਏਪੀ ਢਿੱਲੋਂ ਕੋਲ ਲੈ ਜਾ ਸਕਦੇ ਨੇ, ਤਾਂ ਫਿਰ ਇਹਦੇ ਕੋਲ ਵੀ ਲੈਣੇ ਚਾਹੀਦੇ ਨੇ। ਇਹ ਵੀ ਹੈ, ਚਲੋ ਭਾਵੇਂ ਬਿਮਾਰ ਹੀ ਹੈ, ਗੱਲ ਇਹ ਹੈ ਕਿ ਇਹਦੇ ਕੋਲ ਵੀ ਪੈਸੇ ਲੈਣ। ਹਾਂ, ਉਹ ਇਸ ਗੱਲ ਕਰਨੇ, ਮੈਂ ਸਮਝਣਾ ਕਿ ਇਹ ਵੀ ਸਟੇਜ ਆਰਟਿਸਟ ਹੀ ਹੈ ਜੀ, ਇਹਦਾ ਵੀ ਹੋਰ ਤਾਂ ਕੋਈ ਕੋਈ। ਹਾਂਜੀ, ਚੱਲ ਉਹਨਾਂ ਕੋਲ ਤਾਂ ਖਾਲੀ ਕਰਾ ਲੈਣ, ਉਹਨਾਂ ਕੋਲ ਤਾਂ ਇੱਕ ਇੱਕ ਸੀ, ਇਹਦੇ ਕੋਲ ਪੰਜ ਨੇ, ਇਹ ਕਦੋਂ ਕਰੇਗਾ? ਇਹਨੂੰ ਪੁੱਛੋ ਨਾ, ਉਹਨਾਂ ਕੋਲ ਤਾਂ ਹੈ ਹੀ ਵਿਚਾਰਿਆਂ ਕੋਲ ਇੱਕ ਇੱਕ ਸੀ, ਜਿੰਨੇ ਮਾਜਰੇ ਸੀ, ਮਾਜਰੇ ਦੇ ਇਹਨਾਂ ਦੇ ਹੈ ਬੜੇ ਰਿਸ਼ਤੇਦਾਰ, ਉਹ ਸਾਰੇ ਇਹਦੀਆਂ ਕੋਠੀਆਂ 'ਚ ਹੀ ਆ ਸਕਦੇ ਨੇ, ਕੰਮ ਤਾਂ ਸਾਰੇ ਮਾਜਰੇ ਦੇ ਵਾਸਤੇ ਹੀ ਕਰ ਰਹੇ ਸੀ। ਅੱਜ ਤਾਂ ਬੜਾ ਕੁਝ ਨਿਕਲਣਾ, ਅਜੇ ਬੜਾ ਕੁਝ ਨਿਕਲਣਾ, 2-4 ਦਿਨ ਹੀ ਖਲੋ। ਜੋ ਮਾਜਰਿਆਂ ਦੇ ਕਾਰਨਾਮੇ ਨੇ ਉਹ ਕਰਦੇ ਤੇ ਇਹਦੇ ਕਹਿਣ 'ਤੇ ਸੀ, ਜੋ ਕੁਝ ਬਾਹਰਲੇ ਮੁਲਕਾਂ ਜਾ ਰਿਹਾ ਸੀ ਉਹ ਇਹਦੇ ਵਾਸਤੇ ਤਾਂ ਕੰਮ ਕਰਦੇ ਸੀ। ਉਹਨਾਂ ਦੀਆਂ ਕੋਠੀਆਂ ਖਾਲੀ ਕਰਾ ਲਈਆਂ, ਆਪਣੀਆਂ ਜੇ ਰੱਖੀਆਂ ਨੇ, ਮੈਂ ਤਾਂ ਉਹਨਾਂ ਮਾਜਰਿਆਂ ਨੂੰ ਕਹੂੰ ਤੁਹਾਡੀ ਕੋਠੀ ਖਾਲੀ ਕਰਾਉਂਦਾ, ਜਿਹੜੀ ਇਹਦੀਆਂ 5 ਨੇ ਉਹਨਾਂ 'ਚ ਆ ਜਾਓ, ਕੰਮ ਤਾਂ ਤੁਹਾਡੀਆਂ ਰਿਸ਼ਤੇਦਾਰੀਆਂ ਇਹਦੇ ਨਾਲ। ਸਾਰਾ ਕੰਮ ਜੋ ਪੰਜਾਬ 'ਚ ਹੋ ਰਿਹਾ ਸੀ ਉਹ ਇਹਦੇ ਵਿਆਪ 'ਤੇ ਕੀਤਾ ਜਾ ਰਿਹਾ। ਹਾਂਜੀ, ਪਤਾ ਸਾਨੂੰ ਲੱਗਾ ਹੀ ਹੈ ਜੀ, ਕੋਈ ਨਾ ਕੋਈ ਨਵਾਂ ਮਾਜਰਾ ਚੱਲੇਗਾ, ਉਹ ਜਦੋਂ ਚੱਲੇਗਾ ਫਿਰ 2 ਦਿਨਾਂ ਬਾਅਦ ਗੱਲ ਕਰਦੇ। ਤੇ ਪ੍ਰਤਾਪ ਸਿੰਘ ਬਾਜਵਾ ਸਟੇਟ ਇਲੈਕਸ਼ਨ ਕਮਿਸ਼ਨ ਦੇ ਦਫ਼ਤਰ 'ਚੋਂ ਬਾਹਰ ਨਿਕਲੇ ਨੇ, ਹਾਲਾਂਕਿ ਕਈ ਇੰਪੋਰਟੈਂਟ ਜੋ ਮਸਲੇ ਨੇ ਪੰਚਾਇਤੀ ਚੋਣਾਂ ਦੇ ਨਾਲ ਰਿਲੇਟਡ ਉਹਨਾਂ ਦੇ ਵੱਲੋਂ ਚੁੱਕੇ ਗਏ ਨੇ। ਪਹਿਲੀ ਗੱਲ ਦਾ ਜ਼ਿਕਰ ਉਹਨਾਂ ਦੇ ਵੱਲੋਂ ਕੀਤਾ ਗਿਆ ਹੈ ਕਿ ਜਨਵਰੀ 2023 ਦੇ ਹਿਸਾਬ ਦੇ ਨਾਲ ਹੀ ਜੋ ਸੂਚੀ ਹੈ ਵੋਟਰ ਲਿਸਟ ਹੈ ਉਹ ਬਣਾਈ ਗਈ ਸੀ, ਅਤੇ ਉਹਨਾਂ ਦੇ ਵੱਲੋਂ ਅਪੀਲ ਸਟੇਟ ਇਲੈਕਸ਼ਨ ਕਮਿਸ਼ਨ ਨੂੰ ਕੀਤੀ ਗਈ ਕਿ 1 ਜਨਵਰੀ 2024 ਦੇ ਹਿਸਾਬ ਦੇ ਨਾਲ ਜੋ ਲਿਸਟ ਹੈ ਸੂਚੀ ਹੈ ਉਸਨੂੰ ਤਿਆਰ ਕੀਤਾ ਜਾਏ। ਹੋਰ ਵੀ ਕਈ ਅਹਿਮ ਇੰਪੋਰਟੈਂਟ ਇਸ਼ੂਜ਼ 'ਤੇ ਉਹਨਾਂ ਦੇ ਵੱਲੋਂ ਗੱਲਬਾਤ ਕੀਤੀ ਗਈ। ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਚੋਣ ਕਮਿਸ਼ਨ ਨੇ ਬਦਲਾਅ ਕਰਨ ਦਾ ਭਰੋਸਾ ਉਹਨਾਂ ਨੂੰ ਦਿੱਤਾ ਹੈ ਤੇ ਕਿ ਫ੍ਰੀ ਐਂਡ ਫੇਅਰ ਇਲੈਕਸ਼ਨਸ ਕਰਵਾਏ ਜਾਣਗੇ। ਬਾਜਵਾ ਨੇ ਕਿਹਾ ਕਿ ਜੋ ਵੋਟਰ ਸੂਚੀ ਹੈ ਡੈਪਟੀ ਕਮਿਸ਼ਨਰ ਦੀ ਵੈਬਸਾਈਟ 'ਤੇ ਮਿਲ ਜਾਏਗੀ ਕਿ ਕੀ ਵੋਟਰ ਲਿਸਟ ਹੈ, ਜੋ ਕਿਹੜਾ ਪਿੰਡ ਹੈ, ਕਿਹੜੀ ਕੈਟੇਗਰੀ 'ਚ ਆਉਂਦਾ ਹੈ, ਕਿ SC ਰਿਜ਼ਰਵ ਹੈ, BC ਰਿਜ਼ਰਵ ਹੈ, ਕਿ ਜਨਰਲ ਹੈ, ਕਿ ਮਹਿਲਾ ਰਿਜ਼ਰਵ ਪਿੰਡ ਹੈ। ਹਾਲਾਂਕਿ ਬਾਜਵਾ ਦੇ ਵੱਲੋਂ ਆਹ ਵੀ ਅਪੀਲ ਸਟੇਟ ਇਲੈਕਸ਼ਨ ਕਮਿਸ਼ਨ ਨੂੰ ਕੀਤੀ ਗਈ ਹੈ, ਜਦੋਂ ਕਿ ਵੋਟਾਂ ਦੀ ਗਿਣਤੀ ਹੋਏਗੀ ਉਸ 'ਚ ਕੋਈ ਧਾਂਦਲੀ ਨਾ ਹੋਏ ਅਤੇ ਵੋਟਾਂ ਦੀ ਗਿਣਤੀ ਦੇ ਦੌਰਾਨ ਵੀਡੀਓਗ੍ਰਾਫੀ ਕਰਵਾਈ ਜਾਏ। ਆਹ ਵੀ ਜੋ ਹੈ ਗੱਲ ਉਹਨਾਂ ਦੇ ਵੱਲੋਂ ਰੱਖੀ ਗਈ ਹੈ ਸਟੇਟ ਇਲੈਕਸ਼ਨ ਕਮਿਸ਼ਨ ਦੇ ਵੱਲੋਂ। ਹਾਲਾਂਕਿ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਉਹਨਾਂ ਨੂੰ ਭਰੋਸਾ ਦਿੱਤਾ ਗਿਆ ਕਿ ਤਮਾਮ ਜੋ ਐਪਰੀਹੈਂਸ਼ਨ ਖਦਸ਼ੇ ਉਹਨਾਂ ਦੇ ਵੱਲੋਂ ਪ੍ਰਗਟਾਏ ਗਏ ਨੇ ਉਹਨਾਂ 'ਤੇ ਬਣਦੀ ਕਾਰਵਾਈ ਕੀਤੀ ਜਾਏਗੀ।